ਸ਼੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ ਏ ਖਾਲਸਾ ਆਡੀਟੋਰੀਅਮ ਵਿੱਚ ਰਾਜਪੱਤਰੀ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ ਏ ਖਾਲਸਾ ਆਡੀਟੋਰੀਅਮ ਵਿੱਚ ਸਿਹਤ ਵਿਭਾਗ ਵੱਲੋਂ ਰਾਜਪੱਤਰੀ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ, ਜਿਸ ਵਿੱਚ ਖਾਸ ਮਹਿਮਾਨ ਵਿਧਾਨ ਸਭਾ ਦੇ ਸਪੀਕਰ ਕੇ ਪੀ ਰਾਣਾ ਨੇ ਸ਼ਿਰਕਤ ਕੀਤੀ ਹੈ। ਆਬਾਦੀ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਔਰ ਉਹਦੇ ਤਹਿਤ ਪੰਜਾਬ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਸ਼੍ਰੀ ਬ੍ਰਹਮ ਮਹਿੰਦਰਾ ਜੀ ਹੈਲਥ ਮਿਨਿਸਟਰ ਪੰਜਾਬ ਜੀ ਦੀ ਯੋਗ ਅਗਵਾਈ 'ਚ ਜਿਹੜੀ ਸੂਬੇ ਦੇ ਹੈਲਥ ਮਹਿਕਮੇ ਵੱਲੋਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਹ ਦਿਨ ਮਨਾਇਆ ਗਿਆ। ਬਹੁਤ ਹੀ ਅੱਛੇ ਪ੍ਰਬੰਧ ਔਰ ਬਹੁਤ ਹੀ ਅੱਛੇ ਲੋਕ ਜਿਨ੍ਹਾਂ ਨੇ ਲੋਕਾਂ 'ਚ ਅਵੇਅਰਨੈਸ ਲਿਆਉਣ ਵਾਸਤੇ, ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬੜਾ ਅੱਛਾ ਕੰਮ ਅੱਜ ਕੀਤਾ ਹੈ। ਮੈਂ ਮਹਿਸੂਸ ਕਰਦਾ ਕਿ ਜੇ ਇਸੇ ਢੰਗ ਨਾਲ, ਇਸੇ ਸ਼ਿੱਦਤ ਦੇ ਨਾਲ ਇਹਦੇ 'ਤੇ ਕੰਮ ਚੱਲੇ ਤਾਂ ਲਾਜ਼ਮ ਤੌਰ 'ਤੇ ਲੋਕਾਂ ਵਿੱਚ ਪਾਪੂਲੇਸ਼ਨ ਨੂੰ ਠੱਲ ਪਾਉਣ ਵਾਸਤੇ ਜਾਗਰਤੀ ਆਏਗੀ। ਰਣਜੀਤ, ਤੁਸੀਂ ਕਹਿ ਰਹੇ ਸੀ ਅੱਜ ਦੀ ਪੀੜ੍ਹੀ ਲਈ ਚੁਣੌਤੀ ਜਿਹੜੇ ਹੋਈ? ਹਾਂ, ਅੱਜ ਦੀ ਪੀੜ੍ਹੀ ਲਈ ਚੁਣੌਤੀ ਹੈ ਕਿਉਂਕਿ ਸਾਨੂੰ ਸਾਰਾ ਕੁਛ ਬਣਿਆ ਬਣਾਇਆ ਮਿਲਿਆ। ਉਹ ਪੀੜ੍ਹੀਆਂ ਜਿਨ੍ਹਾਂ ਨੇ ਮੁਲਕ ਆਜ਼ਾਦ ਕੀਤਾ, ਉਹ ਪੀੜ੍ਹੀ ਜਿਹਨੇ ਮੁਲਕ ਦੀ ਨੇਸ਼ਨ ਬਿਲਡਿੰਗ ਕੀਤੀ ਹੈ, ਨਵ ਨਿਰਮਾਣ ਕੀਤਾ ਦੇਸ਼ ਦਾ, ਅੱਜ ਉਹ ਸਾਡੇ ਵਿੱਚ ਹੈ। ਹੁਣ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਇਹ ਅੱਜ ਦੀ ਪੀੜ੍ਹੀ ਦੀ ਹੈ। ਮੈਂ ਪ੍ਰਾਰਥਨਾ ਕਰਦਾ ਸਾਰਿਆਂ ਨੂੰ ਕਿ ਇਸ ਚੈਲੇਂਜ ਨੂੰ ਕਬੂਲ ਕਰਨ। ਪ੍ਰੋਬਲਮਸ ਔਫ ਡਿਵੈਲਪਮੈਂਟ ਹੈ ਜਿਹੜੀਆਂ, ਵੱਧਦੀ ਹੋਈ ਆਬਾਦੀ ਕਾਰਨ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਗਈਆਂ, ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰਨ ਤਾਂ ਕਿ ਸੋਹਣਾ ਸਾਡਾ ਭਵਿੱਖ ਬਣ ਸਕੇ, ਸੋਹਣਾ ਦੇਸ਼ ਬਣ ਸਕੇ, ਸੋਹਣਾ ਸੂਬਾ ਬਣ ਸਕੇ ਔਰ ਸੋਹਣਾ ਆਲਾ ਦੁਆਲਾ ਬਣ ਸਕੇ।